ਆ ਅਸੀਂ ਤਾਂ ਕੋਰਟ 'ਚ ਫਿਰ ਰਹੇ ਹਾਂ, ਆਓ ਪਨੇੜੀਆਂ 'ਚ ਖੜ੍ਹੇ ਹਾਂ, ਕਿਹੜਾ ਪੰਨੂ ਆ ਇਹ? ਪੰਨੂ ਵਰਗੇ ਕਈ ਕਈ ਜਿਹੜੇ ਉਹ ਇਹੋ ਜਿਹੇ ਦੇਖੇ ਨੇ, ਕਈ ਪੰਨੂਆਂ ਛੰਨੂਆਂ ਨੂੰ ਉਰੇ ਰਗੜਿਆ ਏ, ਅਤੇ ਇਸ ਕਰਕੇ ਇਹ ਬਾਹਰ ਬੈਠਾ ਧਮਕੀਆਂ ਦਿੰਦਾ ਏ, ਆ ਤਾਂ ਸਹੀ ਇੰਡੀਆ, ਆ ਤਾਂ ਸਹੀ ਪੰਜਾਬ, ਅਤੇ ਇਸ ਇਹ ਨਾ ਧਮਕੀਆਂ ਧਮਕੀਆਂ ਦੀ ਪਰਵਾਹ ਕਰਿਆ ਕਰੋ, ਇਹ ਤਾਂ ਐਵੇਂ ਡਰਾਮਜੀ ਆ, ਡਰਾਮਾ ਕਰਨ ਦੀ ਆਦਤ ਆ, ਪਰ ਇਹ ਪੰਜਾਬ ਦਾ ਇਸ ਵੇਲੇ ਤਾਂ ਇਹ ਕੰਮ ਕੀਤਾ ਹੋਣਾ ਵੀ ਦੁਬਾਰਾ ਕੋਈ ਦਹਿਸ਼ਤ ਪਾ ਸਕੀਏ ਇਲੈਕਸ਼ਨਾਂ ਦੇ ਮਾਹੌਲ 'ਚ, ਅਸੀਂ ਕੋਈ ਨਾ ਕੋਈ, ਕਿਉਂਕਿ ਇਹਨਾਂ ਨੇ ਫੰਡ ਪੈਸਾ ਲੈਣਾ ਹੁੰਦਾ, ਉਹ ਪੈਸਾ ਇਹਨਾਂ ਨੂੰ ਉਹ ਸਰਕਾਰਾਂ ਤਾਂ ਹੀ ਦਿੰਦੀਆਂ ਹੈ ਜਦੋਂ ਇਹ ਇਹੋ ਜਿਹੀਆਂ ਕੋਸ਼ਿਸ਼ਾਂ ਕੋਈ ਕਰਦੇ ਰਹਿੰਦੇ ਆ, ਉਹ ਲਗਾਤਾਰ ਇਹਨਾਂ ਨੂੰ ਇਹ ਕੰਮ 'ਤੇ ਲਾ ਕੇ ਰੱਖਦੇ ਆ ਅਤੇ ਇਹ ਲੱਗੇ ਰਹਿੰਦੇ ਆ। ਅਸੀਂ ਤਾਂ ਸ਼ਹੀਦ ਪਰਿਵਾਰ 'ਚੋਂ ਹਾਂ, ਪਹਿਲਾਂ ਸਰਦਾਰ ਬੇਅੰਤ ਸਿੰਘ ਜੀ ਨੇ ਆਪਣਾ ਟੁਕੜੇ ਟੁਕੜੇ ਕਰਵਾ ਲਏ ਇਸ ਦੇਸ਼ ਖਾਤਰ, ਅਤੇ ਮੈਨੂੰ ਜੇ ਕੁਛ ਕਰ ਦੇਣਗੇ ਜਾਂ ਮੈਨੂੰ ਮਾਰ ਦੇਣਗੇ ਫਿਰ ਕੀ ਫਰਕ ਪੈ ਜੂ? ਅਸੀਂ ਦੇਸ਼ ਦੀ ਏਕਤਾ ਅਖੰਡਤਾ ਲਈ ਇਸੇ ਤਰੀਕੇ ਨਾਲ ਚੱਲਦੇ ਰਹਿਣਾ। ਇਹ ਪੰਨੂ ਵਰਗਿਆਂ ਨੂੰ ਇਹ ਵੀ ਯਾਦ ਰੱਖਿਓ, ਆ ਅਗਲੀ ਆ ਹੋ ਜਾਣ ਦੋ 4 ਤਰੀਕ ਤੋਂ ਬਾਅਦ, ਨਾ ਇਹਨੂੰ ਅਮੈਰੀਕਾ ਤੋਂ ਕਿਹਦੀ ਗੁੱਤ ਤੋਂ ਫੜ ਕੇ ਖਿੱਚ ਕੇ ਲਿਆਂਦਾ ਉਰੇ, ਤੁਸੀਂ ਦੇਖਿਓ ਇਹਦਾ ਬਣਦਾ ਕੀ। ਹਾਂਜੀ, ਇਹਦੇ ਨਾਲ ਓਹੋ ਇਹਦੇ ਨਾਲ ਕੀ ਪ੍ਰਭਾਵਿਤ ਹੋਣਾ ਹੈ? ਇੱਕ ਅਮਰੀਕਾ ਬੈਠਾ ਏ, ਇਹ ਉੱਥੇ ਬਹਿ ਕੇ ਉਰੇ ਚੋਣ ਪ੍ਰਧਾਨ, ਉਰੇ ਹਿੰਦੁਸਤਾਨੀ ਪੰਜਾਬੀ ਬੈਠੇ ਆ, ਉਹ ਮੇਰੇ ਆਲੇ ਦੁਆਲੇ ਨੇ, ਅੰਗ ਸੰਗ ਨੇ, ਇਸ ਕਰਕੇ ਵਿਦੇਸ਼ੀ ਧਰਤੀ ਤੋਂ ਬੈਠਾ ਉਰੇ ਕੀ ਕਰ ਲੂ? ਮੈਂ ਤਾਂ ਇਹੀ ਕਹਿ ਰਿਹਾ ਨਾ, ਉਰੇ ਆਵੇ, ਉਰੇ ਲੋਕ ਦੱਸਣਗੇ ਪੰਜਾਬ ਦੇ ਵੀ ਤੁਸੀਂ ਉੱਥੇ ਬਹਿ ਕੇ ਕੀ ਜਿਹੜੇ ਉਹ ਕਾਰਨਾਮੇ ਕਰਦੇ ਹੋ, ਉੱਥੇ ਤੁਸੀਂ ਅੰਦਾਜ਼ਾ ਲਾਓ, ਉੱਥੇ ਕਰੋੜਾਂ ਅਰਬਾਂ ਦੀਆਂ ਇਹਨਾਂ ਦੀ ਕੋਠੀਆਂ, ਕਾਰਾਂ, ਗੱਡੀਆਂ, ਇਹਨਾਂ ਦੇ ਪਰਿਵਾਰ ਐਸ਼ ਕਰਦੇ ਆ, ਉਰੇ ਇਹ ਜਿਹੜੇ ਪੈਸੇ ਦੇ ਕੇ ਕਿਸੇ ਨਾ ਕਿਸੇ ਤੋਂ ਇਹੋ ਜਿਹੇ ਕੰਮ ਕਰਵਾਉਂਦੇ ਆ, ਹਿੰਮਤ ਤਾਂ ਆਪ ਹੋਣ। ਸਰ 1 ਜੂਨ ਨੇੜੇ ਆ ਰਹੀ ਆ, ਦਿਲ ਦੀ ਧੜਕਣਾ ਤੇਜ਼ ਆ ਕੈਂਡੀਡੇਟਾਂ ਦੇ? ਨਹੀਂ ਨਹੀਂ, ਕਿਉਂ ਤੇਜ਼ ਹੋਣੀ ਆ? ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਇਮਤਿਹਾਨ 'ਤੇ, ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਆ, ਉਹਨਾਂ ਦੀਆਂ ਦਿਲ ਦੀਆਂ ਧੜਕਣਾਂ ਕਿਉਂ ਤੇਜ਼ ਹੋਣੀਆਂ? ਵਿਸ਼ਵਾਸ ਆ ਸਾਨੂੰ ਆਪਣੇ ਮੋਦੀ ਸਾਹਿਬ 'ਤੇ, ਵਿਸ਼ਵਾਸ ਆ ਸਾਨੂੰ ਬੀਜੇਪੀ 'ਤੇ, ਵਿਸ਼ਵਾਸ ਆ ਸਾਨੂੰ ਆਪਣੇ 'ਤੇ, 100% ਜਿੱਤ ਹੋਏਗੀ। ਹਾਂ, ਅਸੀਂ ਤਾਂ ਕੋਰਟ 'ਚ ਫਿਰ ਰਹੇ ਹਾਂ, ਆਓ ਪਨੇੜੀਆਂ 'ਚ ਖੜ੍ਹੇ ਹਾਂ, ਕਿਹੜਾ ਪੰਨੂ ਆ ਇਹ? ਪੰਨੂ ਵਰਗੇ ਕਈ ਕਈ ਜਿਹੜੇ ਉਹ ਇਹੋ ਜਿਹੇ ਦੇਖੇ ਨੇ, ਕਈ ਪੰਨੂਆਂ ਛੰਨੂਆਂ ਨੂੰ ਉਰੇ ਰਗੜਿਆ ਏ, ਅਤੇ ਇਸ ਕਰਕੇ ਇਹ ਬਾਹਰ ਬੈਠਾ ਧਮਕੀਆਂ ਦਿੰਦਾ ਏ, ਆ ਤਾਂ ਸਹੀ ਇੰਡੀਆ, ਆ ਤਾਂ ਸਹੀ ਪੰਜਾਬ, ਅਤੇ ਇਸ ਇਹ ਨਾ ਧਮਕੀਆਂ ਧਮਕੀਆਂ ਦੀ ਪਰਵਾਹ ਕਰਿਆ ਕਰੋ, ਇਹ ਤਾਂ ਐਵੇਂ ਡਰਾਮਜੀ ਆ, ਡਰਾਮਾ ਕਰਨ ਦੀ ਆਦਤ ਆ, ਪਰ ਇਹ ਪੰਜਾਬ ਦਾ ਇਸ ਵੇਲੇ ਤਾਂ ਇਹ ਕੰਮ ਕੀਤਾ ਹੋਣਾ ਵੀ ਦੁਬਾਰਾ ਕੋਈ ਦਹਿਸ਼ਤ ਪਾ ਸਕੀਏ ਇਲੈਕਸ਼ਨਾਂ ਦੇ ਮਾਹੌਲ 'ਚ, ਅਸੀਂ ਕੋਈ ਨਾ ਕੋਈ, ਕਿਉਂਕਿ ਇਹਨਾਂ ਨੇ ਫੰਡ ਪੈਸਾ ਲੈਣਾ ਹੁੰਦਾ, ਉਹ ਪੈਸਾ ਇਹਨਾਂ ਨੂੰ ਉਹ ਸਰਕਾਰਾਂ ਤਾਂ ਹੀ ਦਿੰਦੀਆਂ ਹੈ ਜਦੋਂ ਇਹ ਇਹੋ ਜਿਹੀਆਂ ਕੋਸ਼ਿਸ਼ਾਂ ਕੋਈ ਕਰਦੇ ਰਹਿੰਦੇ ਆ, ਉਹ ਲਗਾਤਾਰ ਇਹਨਾਂ ਨੂੰ ਇਹ ਕੰਮ 'ਤੇ ਲਾ ਕੇ ਰੱਖਦੇ ਆ, ਅਤੇ ਇਹ ਲੱਗੇ ਰਹਿੰਦੇ ਆ। ਅਸੀਂ ਤਾਂ ਸ਼ਹੀਦ ਪਰਿਵਾਰ 'ਚੋਂ ਹਾਂ, ਪਹਿਲਾਂ ਸਰਦਾਰ ਬੇਅੰਤ ਸਿੰਘ ਜੀ ਨੇ ਆਪਣਾ ਟੁਕੜੇ ਟੁਕੜੇ ਕਰਵਾ ਲਏ ਇਸ ਦੇਸ਼ ਖਾਤਰ, ਅਤੇ ਮੈਨੂੰ ਜੇ ਕੁਛ ਕਰ ਦੇਣਗੇ ਜਾਂ ਮੈਨੂੰ ਮਾਰ ਦੇਣਗੇ ਫਿਰ ਕੀ ਫਰਕ ਪੈ ਜੂ? ਅਸੀਂ ਦੇਸ਼ ਦੀ ਏਕਤਾ ਅਖੰਡਤਾ ਲਈ ਇਸੇ ਤਰੀਕੇ ਨਾਲ ਚੱਲਦੇ ਰਹਿਣਾ। ਇਹ ਪੰਨੂ ਵਰਗਿਆਂ ਨੂੰ ਇਹ ਵੀ ਯਾਦ ਰੱਖਿਓ, ਆ ਅਗਲੀ ਆ ਹੋ ਜਾਣ ਦੋ 4 ਤਰੀਕ ਤੋਂ ਬਾਅਦ, ਨਾ ਇਹਨੂੰ ਅਮੈਰੀਕਾ ਤੋਂ ਕਿਹਦੀ ਗੁੱਤ ਤੋਂ ਫੜ ਕੇ ਖਿੱਚ ਕੇ ਲਿਆਂਦਾ ਉਰੇ, ਤੁਸੀਂ ਦੇਖਿਓ ਇਹਦਾ ਬਣਦਾ ਕੀ। ਹਾਂਜੀ, ਇਹਦੇ ਨਾਲ ਓਹੋ ਇਹਦੇ ਨਾਲ ਕੀ ਪ੍ਰਭਾਵਿਤ ਹੋਣਾ ਹੈ? ਇੱਕ ਅਮਰੀਕਾ ਬੈਠਾ ਏ, ਇਹ ਉੱਥੇ ਬਹਿ ਕੇ ਉਰੇ ਚੋਣ ਪ੍ਰਧਾਨ, ਉਰੇ ਹਿੰਦੁਸਤਾਨੀ ਪੰਜਾਬੀ ਬੈਠੇ ਆ, ਉਹ ਮੇਰੇ ਆਲੇ ਦੁਆਲੇ ਨੇ, ਅੰਗ ਸੰਗ ਨੇ, ਇਸ ਕਰਕੇ ਵਿਦੇਸ਼ੀ ਧਰਤੀ ਤੋਂ ਬੈਠਾ ਉਰੇ ਕੀ ਕਰ ਲੂ? ਮੈਂ ਤਾਂ ਇਹੀ ਕਹਿ ਰਿਹਾ ਨਾ, ਉਰੇ ਆਵੇ, ਉਰੇ ਲੋਕ ਦੱਸਣਗੇ ਪੰਜਾਬ ਦੇ ਵੀ ਤੁਸੀਂ ਉੱਥੇ ਬਹਿ ਕੇ ਕੀ ਜਿਹੜੇ ਉਹ ਕਾਰਨਾਮੇ ਕਰਦੇ ਹੋ, ਉੱਥੇ ਤੁਸੀਂ ਅੰਦਾਜ਼ਾ ਲਾਓ, ਉੱਥੇ ਕਰੋੜਾਂ ਅਰਬਾਂ ਦੀਆਂ ਇਹਨਾਂ ਦੀ ਕੋਠੀਆਂ, ਕਾਰਾਂ, ਗੱਡੀਆਂ, ਇਹਨਾਂ ਦੇ ਪਰਿਵਾਰ ਐਸ਼ ਕਰਦੇ ਆ, ਉਰੇ ਇਹ ਜਿਹੜੇ ਪੈਸੇ ਦੇ ਕੇ ਕਿਸੇ ਨਾ ਕਿਸੇ ਤੋਂ ਇਹੋ ਜਿਹੇ ਕੰਮ ਕਰਵਾਉਂਦੇ ਆ, ਹਿੰਮਤ ਤਾਂ ਆਪ ਹੋਣ। ਸਰ 1 ਜੂਨ ਨੇੜੇ ਆ ਰਹੀ ਆ, ਦਿਲ ਦੀ ਧੜਕਣਾ ਤੇਜ਼ ਆ ਕੈਂਡੀਡੇਟਾਂ? ਨਹੀਂ ਨਹੀਂ, ਕਿਉਂ ਤੇਜ਼ ਹੋਣੀ ਆ? ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਇਮਤਿਹਾਨ 'ਤੇ, ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਆ,
ਉਹਨਾਂ ਦੀਆਂ ਦਿਲ ਦੀਆਂ ਧੜਕਣਾਂ ਕਿਉਂ ਤੇਜ਼ ਹੋਣੀਆਂ? ਵਿਸ਼ਵਾਸ ਆ ਸਾਨੂੰ ਆਪਣੇ ਮੋਦੀ ਸਾਹਿਬ 'ਤੇ, ਵਿਸ਼ਵਾਸ ਆ ਸਾਨੂੰ ਬੀਜੇਪੀ 'ਤੇ, ਵਿਸ਼ਵਾਸ ਆ ਸਾਨੂੰ ਆਪਣੇ 'ਤੇ, 100% ਜਿੱਤ ਹੋਏਗੀ।